ਨਾਜ਼ਰੀਨ, ਅੱਜ ਅਸੀਂ ਆਏ ਹਾਂ ਰੇਲਵੇ ਸਟੇਸ਼ਨ 'ਤੇ ਅਤੇ ਇਹ ਇੱਕ ਪੁਰਾਣਾ ਮੁਸਾਫਰਖਾਨਾ ਹੈ ਜੋ ਇਸ ਟਾਈਮ ਗੈਰ ਆਬਾਦ ਹੈ ਅਤੇ ਅਸੀਂ ਇਹਦੇ ਅੰਦਰ ਜਾ ਕੇ ਦੇਖਦੇ ਹਾਂ। ਲੋਕਾਂ ਦੀਆਂ ਸ਼ਿਕਾਇਤਾਂ ਆਈਆਂ ਕਿ ਇੱਥੋਂ ਆਵਾਜ਼ਾਂ ਆਉਂਦੀਆਂ ਨੇ, ਕੋਈ ਇੱਥੋਂ ਰੂਹ ਤੁਰਦੀ ਫਿਰਦੀ ਨਜ਼ਰ ਆਉਂਦੀ ਹੈ। ਅਤੇ ਚਲੋ ਤੁਹਾਨੂੰ ਦਿਖਾਉਂਦੇ ਹਾਂ ਇਹਨਾਂ ਦੇ, ਖੁਦ ਦੇਖਦੇ ਹਾਂ। ਚਲੋ ਜੀ ਆ ਜਾਓ। ਬਾਰੀ ਬੱਲੇ ਮਾਰ, ਆਹ ਬੋਲ ਕੇ ਇਹ ਤੁਸੀਂ ਦੇਖ ਸਕਦੇ ਜੇ ਸਾਰਾ ਖੰਡਰ ਹੋਇਆ ਪਿਆ ਹੈ। ਸਾਰਾ ਨਜ਼ਰ ਆਵੇ ਤੁਸੀਂ ਇਹ ਵੀ ਦੇਖ ਸਕਦੇ ਜੇ ਕੋਈ ਸ਼ੈ ਖੜੀ ਹੋਈ ਬਾਰੀ 'ਚ। ਤੁਸੀਂ ਇਹ ਦੇਖ ਸਕਦੇ ਜੇ ਕਿ ਉਹ ਸ਼ੈ ਬੋਲੀ ਨਹੀਂ ਅਤੇ ਗਾਇਬ ਹੋ ਗਈ, ਪਤਾ ਨਹੀਂ ਕਿੱਧਰ ਗਈ ਚਲੀ ਗਏ। ਅਤੇ ਅਸੀਂ ਵੀ ਇਹਦੇ ਮਗਰ ਜਾਂਦੇ ਹਾਂ ਅੰਦਰ, ਦੇਖਦੇ ਹਾਂ ਕਿੱਧਰ ਗਈ ਉਹ ਸ਼ੈ। ਨਾਜ਼ਰੀਨ ਤੁਸੀਂ ਦੇਖ ਰਹੇ ਜੇ ਕਿ ਮੈਂ ਹੁਣ ਅੰਦਰ ਚੱਲਿਆ ਕੈਮਰਾਮੈਨ ਦੇ ਨਾਲ। ਅਲੀ ਭਈਆ ਪਕੜੋ ਜ਼ਰਾ। ਤੁਸੀਂ ਇਹ ਦੇਖ ਸਕਦੇ ਜੇ ਅੰਦਰ ਖੰਡਰ ਹੀ ਹੈ। ਪਹਿਲੇ ਇੱਕ ਮੁਸਾਫਰਖਾਨਾ ਆਇਆ ਸੀ, ਲੋਕ ਬੈਠਦੇ ਸਨ ਇੱਥੇ ਅੰਦਰ, ਗੱਡੀ ਦਾ ਵੇਟ ਕਰਦੇ ਸਨ, ਇੰਤਜ਼ਾਰ ਕਰਦੇ ਸੀ ਉਹਦਾ। ਇੱਧਰ ਵੀ ਦਿਖਾਓ ਆ ਖਿੜਕੀਆਂ। ਛੱਤ ਵੱਲੇ ਕੈਮਰਾ ਮਾਰੋ। ਤੁਸੀਂ ਇਹ ਸੁਣ ਸਕਦੇ ਜੇ ਆਵਾਜ਼ਾਂ ਵੀ ਆ ਰਹੀਆਂ। ਇੱਧਰ ਜੰਗਲ ਦੀ ਤਰਫ ਚੱਲੋ ਕਿ ਜੰਗਲ ਜਾਂ ਪੌਦੇ ਜੇ ਲੱਗੇ ਹੋਏ ਨੇ। ਬਸ ਜ਼ਿਆਦਾ ਨੇੜੇ ਨਹੀਂ ਜਾਣਾ ਇਹਨਾਂ ਦੇ। ਤੁਹਾਨੂੰ ਆਵਾਜ਼ਾਂ ਆ ਰਹੀਆਂ ਨੇ, ਨਾਜ਼ਰੀਨ ਤੁਸੀਂ ਇਹ ਦੇਖ ਸਕਦੇ ਜੇ। ਨਾਜ਼ਰੀਨ ਤੁਸੀਂ ਦੇਖ ਸਕਦੇ ਸੀਗੇ ਸਾਲ ਦੇ ਅੰਦਰ ਇੱਕ ਹੋਰ ਛੋਟਾ ਜਿਹਾ ਅੰਦਰ ਇੱਕ ਕਮਰਾ ਹੈ, ਅਸੀਂ ਉਸ ਕਮਰੇ 'ਚ ਜਾਣ ਲੱਗੇ ਹਾਂ ਅਤੇ ਦੇਖਦੇ ਹਾਂ ਉਸ ਕਮਰੇ 'ਚ ਕੀ ਹੈ। ਤੁਸੀਂ ਇਹ ਦੇਖ ਸਕਦੇ ਜੇ ਇਮਾਰਤ ਵੀ ਪੁਰਾਣੀ ਹੈ, ਖਸਤਾ ਹਾਲਤ 'ਚ ਹੈ। ਉੱਪਰ ਛੱਤ ਵੱਲੇ ਕੈਮਰਾ ਕਰੋ। ਇੱਧਰ ਦੇਖੋ ਤੁਸੀਂ ਇਹ ਦੇਖ ਸਕਦੇ ਜੇ ਕੈਮਰਾ ਘੁਮਾਓ। ਤੁਸੀਂ ਦੇਖ ਸਕਦੇ ਹੋ ਕੋਈ ਸ਼ੈ ਬੈਠੀ ਹੈ ਉੱਥੇ, ਉਹ ਆਸਾ ਆਸਾ ਉੱਠ ਕੇ ਨਿਕਲ ਰਹੀ ਹੈ। ਤੁਸੀਂ ਉਹ ਦੇਖ ਸਕਦੇ ਜੇ ਕੋਈ ਖਿੜਕੀ ਥਾਣੀ ਉਹ ਸ਼ੈ ਗੁਜ਼ਰ ਗਈ ਹੈ। ਜਾਂਦੇ ਜਾਂਦੇ ਅੱਖਾਂ ਤੋਂ ਵਜਲ ਹੋ ਗਈ। ਦੇਖ ਸਕਦੇ ਸ਼ਾਇਦ ਬੜੀ ਦੂਰ ਗਈ, ਚਲੀ ਗਈ। ਦੇਖਦੇ ਦੇਖਦੇ ਅੱਖ ਤੋਂ ਉਜਲ ਹੋ ਗਈ, ਲੱਗਦਾ ਉਹ ਟਾਲੀ ਦੇ ਥੱਲੇ ਖੜੀ ਕੋਈ ਸ਼ਾਇਦ। ਉੱਧਰ ਕਰੋ, ਉੱਧਰ ਕੈਮਰਾ ਕਰੋ। ਤੁਸੀਂ ਉਹ ਦੇਖ ਸਕਦੇ ਜੀ।